ਬਹੁਤ ਅੱਛੀ ਬਾਤ ਹੈ ਜੀ, ਬਹੁਤ ਅੱਛੀ ਬਾਤ ਹੈ ਕਿ ਅਰਸ਼ਦੀਪ ਨੇ 17 ਵਿਕਟੇ ਲੈ ਕੇ ਪੰਜਾਬ ਦਾ ਜੋ ਨਾਮ ਬਹੁਤ ਬੜਾ ਕੀ ਹੈ, ਪੰਜਾਬੀਓ ਕਾ ਮਾਨ ਬੜਾ ਕੀ, ਔਰ ਮੇਰੇ ਹਲਕੇ ਸੇ ਹੈ ਵੋ ਖਰੜ ਸੇ, ਔਰ ਬਹੁਤ ਪ੍ਰਾਊਡ ਕੀ ਬਾਤ ਹੈ, ਬਹੁਤ ਬਹੁਤ ਮਾਣ ਵਾਲੀ ਗੱਲ ਹੈ ਕਿ ਅਰਸ਼ਦੀਪ ਨੇ 17 ਵਿਕਟਾਂ ਲੈ ਕੇ ਪੂਰੀ ਕ੍ਰਿਕਟ ਟੀਮ ਨੂੰ ਸਾਡੀ ਭਾਰਤ ਦੀ ਨੂੰ ਵਧਾਈਆਂ। ਤੇ ਅਰਸ਼ਦੀਪ ਸਾਡਾ ਪੰਜਾਬੀ ਨੌਜਵਾਨ ਹੈ, ਮੇਰੇ ਹਲਕੇ ਖਰੜ ਦਾ ਨੌਜਵਾਨ ਹੈ, ਤੇ ਬਹੁਤ ਸਾਰੀਆਂ ਪੂਰੇ ਪਰਿਵਾਰ ਨੂੰ, ਪੂਰਾ ਖਰੜ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ। ਅੱਜ ਅਸੀਂ ਉਹਨਾਂ ਦੇ ਸਵਾਗਤ ਲਈ, ਮੈਂ ਖਰੜ ਦੀ MLA ਹਾਂ, ਸੋ ਸਾਡੇ ਖਰੜ ਦਾ ਨੌਜਵਾਨ ਹੈ, ਮੇਰੀ ਪਹਿਲੀ ਰਿਸਪੋਂਸੀਬਿਲਿਟੀ ਜਿਹੜੀ ਬਣਦੀ ਹੈ ਉਹਨਾਂ ਦਾ ਆ ਕੇ ਸਵਾਗਤ ਕਰਨ ਦਾ। ਸਰਕਾਰ ਵੱਲੋਂ ਕੋਈ ਮਾਣ ਸਤਿਕਾਰ ਕੀਤਾ ਜਾਊਗਾ? ਹਰ ਤਰ੍ਹਾਂ ਦਾ ਮਾਣ ਸਤਿਕਾਰ ਜੀ, ਅਰਸ਼ਦੀਪ 17 ਅਰਸ਼ਦੀਪ ਨੇ ਪਹਿਲਾਂ ਹੀ ਸਾਨੂੰ ਮਾਣ ਸਤਿਕਾਰ ਦਿੱਤਾ, ਪੰਜਾਬ ਨੂੰ ਮਾਣ ਸਤਿਕਾਰ ਦਿੱਤਾ, ਜਿੱਥੇ ਵੀ ਲੋੜ ਪੈਂਦੀ ਹੈ ਅਰਸ਼ਦੀਪ ਨੂੰ, ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਅਸੀਂ ਉਹਨਾਂ ਨਾਲ ਡਟ ਕੇ ਖੜੇ ਹਾਂ ਜੀ। ਪੰਜਾਬ ਦੀ ਮੁੱਖ ਮੰਤਰੀ ਸਾਹਿਬ ਨੇ ਆਪਣੇ ਮਨਿਸਟਰ ਭੇਜੇ ਨੇ ਅਰਸ਼ਦੀਪ ਦੇ ਸਵਾਗਤ ਲਈ, ਪੋਜ਼ਿਟਿਵ ਲਿਆ ਕਰੋ ਹਰ ਗੱਲ ਨੂੰ, ਪੰਜਾਬ ਸਰਕਾਰ ਹੀ ਖੁਦ ਹੀ ਆਈ ਹੈ ਜੀ। ਹੋਰ ਦੱਸੋ। ਬਹੁਤ ਅੱਛੀ ਬਾਤ ਹੈ ਜੀ, ਬਹੁਤ ਅੱਛੀ ਬਾਤ ਹੈ ਕਿ ਅਰਸ਼ਦੀਪ ਨੇ 17 ਵਿਕਟੇ ਲੈ ਕੇ ਪੰਜਾਬ ਦਾ ਜੋ ਨਾਮ ਬਹੁਤ ਬੜਾ ਕੀ ਹੈ, ਪੰਜਾਬੀਓ ਕਾ ਮਾਨ ਬੜਾ ਕੀ, ਔਰ ਮੇਰੇ ਹਲਕੇ ਸੇ ਹੈ ਵੋ ਖਰੜ ਸੇ, ਔਰ ਬਹੁਤ ਪ੍ਰਾਊਡ ਕੀ ਬਾਤ ਹੈ, ਬਹੁਤ ਬਹੁਤ ਮਾਣ ਵਾਲੀ ਗੱਲ ਹੈ ਕਿ ਅਰਸ਼ਦੀਪ ਨੇ 17 ਵਿਕਟਾਂ ਲੈ ਕੇ ਪੂਰੀ ਕ੍ਰਿਕਟ ਟੀਮ ਨੂੰ ਸਾਡੀ ਭਾਰਤ ਦੀ ਨੂੰ ਵਧਾਈਆਂ। ਤੇ ਅਰਸ਼ਦੀਪ ਸਾਡਾ ਪੰਜਾਬੀ ਨੌਜਵਾਨ ਹੈ, ਮੇਰੇ ਹਲਕੇ ਖਰੜ ਦਾ ਨੌਜਵਾਨ ਹੈ, ਤੇ ਬਹੁਤ ਸਾਰੀਆਂ ਪੂਰੇ ਪਰਿਵਾਰ ਨੂੰ, ਪੂਰਾ ਖਰੜ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ। ਅੱਜ ਅਸੀਂ ਉਹਨਾਂ ਦੇ ਸਵਾਗਤ ਲਈ, ਮੈਂ ਖਰੜ ਦੀ MLA ਹਾਂ, ਸੋ ਸਾਡੇ ਖਰੜ ਦਾ ਨੌਜਵਾਨ ਹੈ, ਮੇਰੀ ਪਹਿਲੀ ਰਿਸਪੋਂਸੀਬਿਲਿਟੀ ਜਿਹੜੀ ਬਣਦੀ ਹੈ ਉਹਨਾਂ ਦਾ ਆ ਕੇ ਸਵਾਗਤ ਕਰਨ ਦਾ। ਸਰਕਾਰ ਵੱਲੋਂ ਕੋਈ ਮਾਣ ਸਤਿਕਾਰ ਕੀਤਾ ਜਾਊਗਾ? ਹਰ ਤਰ੍ਹਾਂ ਦਾ ਮਾਣ ਸਤਿਕਾਰ ਜੀ, ਅਰਸ਼ਦੀਪ 17 ਅਰਸ਼ਦੀਪ ਨੇ ਪਹਿਲਾਂ ਹੀ ਸਾਨੂੰ ਮਾਣ ਸਤਿਕਾਰ ਦਿੱਤਾ, ਪੰਜਾਬ ਨੂੰ ਮਾਣ ਸਤਿਕਾਰ ਦਿੱਤਾ, ਜਿੱਥੇ ਵੀ ਲੋੜ ਪੈਂਦੀ ਹੈ ਅਰਸ਼ਦੀਪ ਨੂੰ, ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਅਸੀਂ ਉਹਨਾਂ ਨਾਲ ਡਟ ਕੇ ਖੜੇ ਹਾਂ ਜੀ। ਪੰਜਾਬ ਦੀ ਮੁੱਖ ਮੰਤਰੀ ਸਾਹਿਬ ਨੇ ਆਪਣੇ ਮਨਿਸਟਰ ਭੇਜੇ ਨੇ ਅਰਸ਼ਦੀਪ ਦੇ ਸਵਾਗਤ ਲਈ, ਪੋਜ਼ਿਟਿਵ ਲਿਆ ਕਰੋ ਹਰ ਗੱਲ ਨੂੰ, ਪੰਜਾਬ ਸਰਕਾਰ ਹੀ ਖੁਦ ਹੀ ਆਈ ਹੈ ਜੀ। ਹੋਰ ਦੱਸੋ। ਬਹੁਤ ਅੱਛੀ ਬਾਤ ਹੈ ਜੀ, ਬਹੁਤ ਅੱਛੀ ਬਾਤ ਹੈ ਕਿ ਅਰਸ਼ਦੀਪ ਨੇ 17 ਵਿਕਟੇ ਲੈ ਕੇ ਪੰਜਾਬ ਦਾ ਜੋ ਨਾਮ ਬਹੁਤ ਬੜਾ ਕੀ ਹੈ, ਪੰਜਾਬੀਓ ਕਾ ਮਾਨ ਬੜਾ ਕੀ, ਔਰ ਮੇਰੇ ਹਲਕੇ ਸੇ ਹੈ ਵੋ ਖਰੜ ਸੇ, ਔਰ ਬਹੁਤ ਪ੍ਰਾਊਡ ਕੀ ਬਾਤ ਹੈ, ਬਹੁਤ ਬਹੁਤ ਮਾਣ ਵਾਲੀ ਗੱਲ ਹੈ ਕਿ ਅਰਸ਼ਦੀਪ ਨੇ 17 ਵਿਕਟਾਂ ਲੈ ਕੇ ਪੂਰੀ ਕ੍ਰਿਕਟ ਟੀਮ ਨੂੰ ਸਾਡੀ ਭਾਰਤ ਦੀ ਨੂੰ ਵਧਾਈਆਂ। ਤੇ ਅਰਸ਼ਦੀਪ ਸਾਡਾ ਪੰਜਾਬੀ ਨੌਜਵਾਨ ਹੈ, ਮੇਰੇ ਹਲਕੇ ਖਰੜ ਦਾ ਨੌਜਵਾਨ ਹੈ, ਤੇ ਬਹੁਤ ਸਾਰੀਆਂ ਪੂਰੇ ਪਰਿਵਾਰ ਨੂੰ, ਪੂਰਾ ਖਰੜ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ। ਅੱਜ ਅਸੀਂ ਉਹਨਾਂ ਦੇ ਸਵਾਗਤ ਲਈ, ਮੈਂ ਖਰੜ ਦੀ MLA ਹਾਂ, ਸੋ ਸਾਡੇ ਖਰੜ ਦਾ ਨੌਜਵਾਨ ਹੈ, ਮੇਰੀ ਪਹਿਲੀ ਰਿਸਪੋਂਸੀਬਿਲਿਟੀ ਜਿਹੜੀ ਬਣਦੀ ਹੈ ਉਹਨਾਂ ਦਾ ਆ ਕੇ ਸਵਾਗਤ ਕਰਨ ਦਾ। ਸਰਕਾਰ ਵੱਲੋਂ ਕੋਈ ਮਾਣ ਸਤਿਕਾਰ ਕੀਤਾ ਜਾਊਗਾ? ਹਰ ਤਰ੍ਹਾਂ ਦਾ ਮਾਣ ਸਤਿਕਾਰ ਜੀ, ਅਰਸ਼ਦੀਪ 17 ਅਰਸ਼ਦੀਪ ਨੇ ਪਹਿਲਾਂ ਹੀ ਸਾਨੂੰ ਮਾਣ ਸਤਿਕਾਰ ਦਿੱਤਾ, ਪੰਜਾਬ ਨੂੰ ਮਾਣ ਸਤਿਕਾਰ ਦਿੱਤਾ, ਜਿੱਥੇ ਵੀ ਲੋੜ ਪੈਂਦੀ ਹੈ ਅਰਸ਼ਦੀਪ ਨੂੰ, ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਅਸੀਂ ਉਹਨਾਂ ਨਾਲ ਡਟ ਕੇ ਖੜੇ ਹਾਂ ਜੀ। ਪੰਜਾਬ ਦੀ ਮੁੱਖ ਮੰਤਰੀ ਸਾਹਿਬ ਨੇ ਆਪਣੇ ਮਨਿਸਟਰ ਭੇਜੇ ਨੇ ਅਰਸ਼ਦੀਪ ਦੇ ਸਵਾਗਤ ਲਈ, ਪੋਜ਼ਿਟਿਵ ਲਿਆ ਕਰੋ ਹਰ ਗੱਲ ਨੂੰ, ਪੰਜਾਬ ਸਰਕਾਰ ਹੀ ਖੁਦ ਹੀ ਆਈ ਹੈ ਜੀ। ਹੋਰ ਦੱਸੋ। ਥੈਂਕ ਯੂ।